ਮੁਕਾਬਲੇ ਤੋਂ ਆਪਕਾ ਹਮ ਸਵਾਗਤ ਕਰਤੇ ਹੈ ਸੰਗਰੂਰ ਕੀ ਧਰਤੀ ਪਰ ਆਨੇ ਕਾ ਉਹ ਤੋਂ ਉਸਕੇ ਬਾਅਦ ਜੋ ਜੋ ਆਜ ਆਪ ਦੇ ਚੋਣੋਂ ਕੇ ਮਾਹੌਲ ਮੇਂ ਚੋਣਾਂ ਦੇ ਮਾਹੌਲ ਦੇ ਵਿੱਚ ਤੁਸੀਂ ਇੱਥੇ ਆਏ ਹੋ ਐਸੀ ਜੋ ਸਮੁੱਚੀ ਟੀਮ ਹੈ ਮੇਰੇ ਨਾਲ ਸੰਦੀਪ ਭੁੱਲਣ ਜੀ ਸਤਿੰਦਰ ਜੀ ਅਤੇ ਸਾਡੇ ਬਹਾਦਰ ਜੀ ਅਤੇ ਨਾਲ ਮੇਰਾ ਨੌਜਵਾਨ ਸਾਥੀ ਜਿਹੜੀ ਆਮ ਆਦਮੀ ਪਾਰਟੀ ਛੱਡ ਕੇ ਸਾਨੂੰ ਜੁਆਇਨ ਕੀਤਾ ਇਹਨਾਂ ਨੇ ਅਤੇ ਐਸੀ ਬਲਵਿੰਦਰ ਸੇਖੋਂ ਜੋ ਫਾਰਮਰ DSP ਨੇ ਅਤੇ ਆਜ਼ਾਦ ਕੈਂਡੀਡੇਟ ਦੇ ਤੌਰ 'ਤੇ ਉਹ ਚੋਣ ਲੜ ਰਹੇ ਨੇ ਕਿਸੇ ਪੋਲੀਟੀਕਲ ਪਾਰਟੀ ਦੇ ਬੰਧਨਾਂ 'ਚ ਨਹੀਂ ਬੰਨੇ ਹੋਏ ਅਤੇ ਅੱਜ ਅਸੀਂ ਇੱਥੇ ਖੜ੍ਹੇ ਹਾਂ ਅਤੇ ਮੈਂ ਪਹਿਲੀ ਗੱਲ ਇਹ ਕਰਦਾ ਜੋ ਸੰਗਰੂਰ ਦੀ ਧਰਤੀ ਹੈ ਜਿੱਥੇ ਅੱਜ ਤੁਸੀਂ ਇੱਥੇ ਖੜ੍ਹੇ ਹੋ ਇਹ ਹਮੇਸ਼ਾ ਇਤਿਹਾਸ ਸਿਰਜਦੀ ਹੈ। ਪਹਿਲਾਂ ਵੀ ਇਤਿਹਾਸ ਸਿਰਜਿਆ ਸੀ ਜਦੋਂ ਭਗਵੰਤ ਸਿੰਘ ਮਾਨ ਨੂੰ ਇਹਨਾਂ ਨੇ ਇੱਕ ਇਕੱਲਾ ਆਮ ਆਦਮੀ ਪਾਰਟੀ ਦਾ ਇੱਕ ਉਹ ਇਕਲੌਤਾ MP ਸੀ ਜਿਹੜਾ ਸਦਨ 'ਚ ਜਾ ਕੇ ਬੋਲਿਆ। ਉਹ ਤੋਂ ਬਾਅਦ ਸਿਮਰਜੀਤ ਸਿੰਘ ਮਾਨ ਵੀ ਆਪਣੀ ਪਾਰਟੀ ਦਾ ਇਕਲੌਤਾ MP ਸੀ ਜਿਹੜਾ ਜਾ ਕੇ ਸਾਡੇ ਜਿਤਾਉਣ ਤੋਂ ਬਾਅਦ ਇਹ ਧਰਤੀ ਦੇ ਜਿਤਾਉਣ ਦੇ ਬਾਅਦ ਉਹਦੇ ਵਿੱਚ ਸਾਡਾ ਵੀ ਸ਼ਹਿਰ ਹੈ ਜਿਤਾਉਣ ਤੋਂ ਬਾਅਦ ਅਸੀਂ ਉੱਥੇ ਭੇਜਿਆ। ਪਰ ਅੱਜ ਦੀ ਸਥਿਤੀ ਇਹ ਹੈ ਜਿਸ ਤਰ੍ਹਾਂ 75 ਸਾਲਾਂ 'ਚ ਇਹ ਰਵਾਇਤੀ ਪਾਰਟੀਆਂ ਨੇ ਉਹਦੇ ਵਿੱਚ ਜਿਹੜੇ ਸੱਤਾ 'ਚ ਰਹੇ ਚਾਹੇ ਦੀ ਉਹ ਸਿੱਧੇ ਅਤੇ ਅਸਿੱਧੇ ਤੌਰ 'ਤੇ ਪਾਰਟੀਆਂ ਰਹੀਆਂ ਚਾਹੇ ਦੀ BJP ਦੀ ਜੇ ਮੈਂ ਗੱਲ ਕਰ ਲਾਂ ਇਹ ਸਾਰੀਆਂ ਕਸੂਰਵਾਰ ਨੇ। ਜੇ ਅੱਜ ਸਾਡੇ ਸੰਗਰੂਰ ਦੀ ਮੈਂ ਗੱਲ ਕਰ ਲਾਂ ਇਹ ਗੱਲ ਦੇਸ਼ ਦੀਆਂ ਚੋਣਾਂ 'ਚ ਉਜਾਗਰ ਹੋ ਰਹੀ ਹੈ ਪਰ ਸੰਗਰੂਰ 'ਚੋਂ ਇੱਕ ਆਵਾਜ਼ ਉੱਠੀ ਹੈ ਜੋ ਬਲਵਿੰਦਰ ਸਿੰਘ ਸੇਖੋਂ ਰਾਹੀਂ ਅਸੀਂ ਉਠਾ ਰਹੇ ਹਾਂ। ਨਸ਼ੇ ਦੀ ਗੱਲ ਕਰ ਲਓ, ਪਹਿਲਾਂ ਨਸ਼ਾ ਸਿਰਫ ਸਾਡੇ ਨੌਜਵਾਨ ਨਸ਼ੇ 'ਚ ਖਾਸ ਕਰਕੇ ਚਿੱਟਾ ਜੋ ਇੰਜੈਕਸ਼ਨ ਲੱਗਦੇ ਨੇ ਜੋ ਇਹ ਜਿਹੜਾ ਨਸ਼ੇ ਦੀ ਇੱਕ ਕਹਿ ਸਕਦੇ ਹਾਂ ਸਭ ਤੋਂ ਥੱਲੜੀ ਗਿਰਾਵਟ ਕਰਕੇ ਨਸ਼ਾ ਪਰੋਸਿਆ ਜਾ ਰਿਹਾ ਹੈ ਉਹ 'ਚ ਸਾਡੇ ਪਹਿਲਾਂ ਨੌਜਵਾਨ ਸੀ ਅਤੇ ਹੁਣ ਦੇਖਦੇ ਹਾਂ ਕਿ ਉਹਦੇ ਵਿੱਚ ਨੌਜਵਾਨ ਕੁੜੀਆਂ ਅਤੇ ਬੀਬੀਆਂ ਵੀ ਵਿੱਚ ਆ ਚੁੱਕੀਆਂ ਨੇ। ਅਤੇ ਉਸ ਤੋਂ ਬਾਅਦ ਜੇ ਗੱਲ ਵਿਕਾਸ ਦੀ ਗੱਲ ਕਰਾਂ ਜੋ ਕਰਪਸ਼ਨ ਇਹ ਕਹਿ ਕੇ ਅਸੀਂ ਕਰਪਸ਼ਨ ਫ੍ਰੀ ਕਰਾਂਗੇ ਪੰਜਾਬ ਨੂੰ, ਕਰਪਸ਼ਨ ਦੇ ਵਿੱਚ ਵੀ ਇਹ ਅੱਜ ਪੀਕ 'ਤੇ ਹੈ। ਜਿਹੜੀ ਪਹਿਲਾਂ ਕਰਪਸ਼ਨ 'ਚ 5000 'ਚ ਕੰਮ ਹੁੰਦਾ ਸੀ ਜੈਨੂਨ ਕੰਮ, ਜਿਹੜੇ ਗਲਤ ਕੰਮ ਹੁੰਦੇ ਨੇ ਉਹਨਾਂ ਦੇ ਤਾਂ ਮਤਲਬ ਪੈਸੇ ਬਹੁਤ ਵੱਡੇ, ਜੈਨੂਨ ਕੰਮ ਦੀ ਗੱਲ ਕਰਦਾ ਉੱਥੇ ਪਹਿਲਾਂ ਜਿੱਥੇ ਉਹ ਫੀਸ ਮਨੀ ਜੋ ਕਰਪਸ਼ਨ ਮਨੀ 5000 ਸੀ ਅਤੇ ਸਰਕਾਰ 'ਚ ਆਉਣ ਤੋਂ ਬਾਅਦ ਉਹ 50,000 ਤੋਂ ਅਬੱਬ ਹੋ ਗਈ। ਉਹਦਾ ਕਾਰਨ ਇਹ ਹੈ ਵੀ ਜਿਹੜਾ ਇਹਨਾਂ ਡਰਾਮੇਬਾਜ਼ੀ ਰਚੀ ਗਈ ਹੈ, ਜਿਹੜਾ ਇਹਨਾਂ ਨੇ ਦਿਖਾਇਆ ਗਿਆ ਵੀ ਅਸੀਂ ਗਰਾਊਂਡ ਤੌਰ 'ਤੇ ਬੰਦੇ ਫੜੇ ਨੇ, ਇੱਕ ਪਟਵਾਰੀ ਨੂੰ ਫੜਿਆ ਜਾਂਦਾ ਹੈ, ਇੱਕ ਹੌਲਦਾਰ ਨੂੰ ਫੜਿਆ ਜਾਂਦਾ, ਜਿਹੜੇ ਪਰ ਉਹਨਾਂ ਦੇ ਉੱਪਰ ਸਰਗਨਾਹ ਨੇ, ਚਾਹੇ ਦੀ ਕੋਈ ਹਾਇਰ ਰੈਂਕ ਦਾ ਆਫਿਸਰ ਹੈ ਚਾਹੇ ਦੀ ਕੋਈ IAS ਹੈ, ਜਿੱਥੇ ਤੱਕ ਇਹ ਜਾਂਦਾ ਜੇ ਉਹ 5000 ਲੈਂਦਾ ਤਾਂ ਉਹ ਉੱਪਰ ਤੱਕ ਜਾਂਦਾ 5 ਲੱਖ ਬਣ ਜਾਂਦਾ, ਉਹਨਾਂ ਨੂੰ ਕਿਸੇ ਨੂੰ ਨਹੀਂ ਫੜਿਆ ਗਿਆ। ਇਸ ਲਈ ਉਹ ਗਰਾਊਂਡ ਤੌਰ ਵਾਲੇ ਲੋਕਾਂ ਨੇ ਇਹ ਕਹਿਤਾ ਵੀ ਅਸੀਂ ਪੈਸੇ ਨਹੀਂ ਫੜਾਂਗੇ, ਉਹਨਾਂ ਨੇ ਅੱਗੇ ਹੋਰ ਬੰਦੇ ਹਾਇਰ ਕਰ ਲਏ। ਠੀਕ ਹੈ, ਹਾਂ ਇਹ ਬੇਸਿਕ ਮੁੱਦੇ ਨੇ ਅਤੇ ਨਸ਼ਾ ਅਤੇ ਬੇਰੁਜ਼ਗਾਰੀ ਅਤੇ ਵਿਕਾਸ ਅਤੇ ਸਾਰੀਆਂ ਚੀਜ਼ਾਂ ਜਿਹੜੀਆਂ ਪਿਛਲੀਆਂ ਰਵਾਇਤੀ ਪਾਰਟੀਆਂ ਨੇ ਗੱਲਾਂ ਕੀਤੀਆਂ ਸੀ ਉਹ ਕੋਈ ਵੀ ਪੂਰੀ ਨਹੀਂ ਹੋਈ, ਉਹ ਗੱਲ 'ਤੇ ਅਸੀਂ ਅੱਜ ਇੱਥੇ ਖੜੇ ਹਾਂ। ਦੇਖਿਓ ਮੈਂ ਸਭ ਦਾ ਇੱਕ ਇੱਕ ਕਰਕੇ ਲੈ ਲੈਂਦਾ ਹਾਂ। ਕਿਆ ਸ਼ੁਭ ਨਾਮ ਹੈ ਸਰ? ਗੁਰਮੇਜ ਸਿੰਘ ਜੀ। ਗੁਰਮੀਤ ਸਿੰਘ ਜੀ, ਮਾਨ ਸਾਹਿਬ ਯਹਾਂ ਸੇ ਸਾਂਸਦ ਹੈ ਅਭੀ, ਸਿਮਰਨਜੀਤ ਮਾਨ ਸਾਹਿਬ, ਇਸ ਵਾਰ ਫਿਰ ਚੁਣਾਵੀ ਮੈਦਾਨ ਮੇਂ ਕਿਆ ਮੁੱਦੇ ਲੇਕਰ ਜਾ ਰਹੇ ਹੈ? ਅਭੀ ਤੋ ਬਹੁਤ ਕਮ ਵਕਤ ਮਿਲਾ, ਆਗੇ ਕੇ ਲਈ ਕਿਆ ਪਲਾਨ ਹੈ? ਆਗੇ ਕੇ ਲਈ ਤਾਂ ਬਹੁਤ ਵਧੀਆ ਇੱਕ ਪਲਾਨ ਹੈ। ਜੋ ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਕਰਪਸ਼ਨ ਇਹ ਸਿਖਰਾਂ 'ਤੇ ਮਾਨ ਸਾਹਿਬ ਨੇ ਪਹੁੰਚਾ ਦਿੱਤਾ, ਇਹ ਜ਼ਮੀਨੀ ਹਕੀਕਤ ਹੈ। ਇਸ ਤੋਂ ਲੋਕ ਸਤਾਏ ਹੋਏ ਆਪਣਾ ਮਾਨ ਬਦਲ ਚੁੱਕੇ ਆ ਅਤੇ ਪਹਿਲਾਂ ਵਾਂਗ ਹੀ ਇੱਕ ਇਤਿਹਾਸ ਸਿਰਜਣਗੇ। ਬਾਲਟੀ 'ਤੇ ਮੋਹਰਾਂ ਲਾ ਕੇ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਨੂੰ ਸੰਸਦ ਵਿੱਚ ਭੇਜਣਗੇ ਇਸ ਏਰੀਏ ਦੇ ਲੋਕ, ਇਸ ਹਲਕੇ ਦੇ ਲੋਕ, ਅਤੇ ਪਹਿਲਾਂ ਵਾਂਗ ਹੀ ਸ਼ਾਨਦਾਰ ਜਿੱਤ ਦੇ ਨਾਲ ਮਾਨ ਸਾਹਿਬ ਸੰਸਦ ਵਿੱਚ ਇਹਨਾਂ ਲੋਕਾਂ ਦੀ ਆਵਾਜ਼ ਬਣਨਗੇ। ਮੈਂ ਇੰਨਾ ਹੀ ਕਹਾਂਗਾ।
आवाज बनेंगे। मुद्दे क्या है मान साहब के सर, एक बार अपना परिचय दीजिएगा। मुद्दे मान साहब के क्या है, क्योंकि 2 साल के सांसद तो करीब करीब वो हैं, उसके पहले भगवंत मान थे, आम आदमी पार्टी की सरकार है, वो कह रहे हैं कि उनका गढ़ है, उनकी उनकी सीट निकलेगी, तो कैसे? सभी देशवासियों को नमस्कार, मेरा नाम वरिंदर सिंह खालसा है और हम पंजाब से हैं और आपका यहाँ पर वेलकम। अब हम पंजाबी में ही बात करना पसंद करेंगे। ਤੁਸੀਂ ਪੁੱਛਿਆ ਕਿ ਜੋ ਯਹਾਂ ਸੇ ਸਾਂਸਦ ਹੈ ਸਰਦਾਰ ਸਿਮਰ ਸਿੰਘ ਮਾਨ, ਉਹਨਾਂ ਨੇ ਕੀ ਕੀਤਾ? ਇੱਥੋਂ ਦੇ ਲੋਕਾਂ ਨੇ ਸਰਦਾਰ ਸਿਮਰ ਸਿੰਘ ਮਾਨ ਨੂੰ ਜਿਤਾ ਕੇ ਪਾਰਲੀਮੈਂਟ 'ਚ ਭੇਜਿਆ, ਤਾਂ ਉਹਨਾਂ ਕੋਲ 1.5 ਸਾਲ ਦਾ ਸਮਾਂ ਸੀਗਾ। ਉਸ 1.5 ਸਾਲ ਦੇ ਸਮੇਂ ਦੇ ਦੌਰਾਨ ਉਹਨਾਂ ਨੂੰ 7 ਕਰੋੜ ਰੁਪਏ ਦੀ ਗ੍ਰਾਂਟ ਮਿਲੀ, ਜੋ ਯਹਾਂ ਇੱਥੇ ਸਾਰੇ ਖਰਚ ਕੇ ਉਹਦਾ ਵੇਰਵਾ ਪਾਰਲੀਮੈਂਟ 'ਚ ਜਮ੍ਹਾਂ ਕਰਵਾਇਆ ਔਰ ਉਹਨਾਂ ਦੇ ਗੁੱਡ ਵਰਕ ਨੂੰ ਦੇਖਦੇ ਹੋਏ ਉਹਨਾਂ ਨੂੰ 2.5 ਕਰੋੜ ਰੁਪਏ ਦੀ ਹੋਰ ਗ੍ਰਾਂਟ ਦਿੱਤੀ ਗਈ। ਉਹ ਵੀ ਉਹਨਾਂ ਨੇ ਇੱਥੇ ਖਰਚੀ, 3 ਹਸਪਤਾਲ ਲੈ ਕੇ ਆ ਰਹੇ ਹੈ ਸਿਹਤ ਨੂੰ ਮੱਦੇਨਜ਼ਰ ਰੱਖਦੇ ਹੋਏ, ਜੋ 150 ਕਰੋੜ ਰੁਪਏ ਦੀ ਲਾਗਤ ਨਾਲ ਬਣਨੇ ਆ, ਬਰਨਾਲਾ, ਸੰਗਰੂਰ ਤੇ ਮਲੇਰਕੋਟਲਾ। ਕੋਈ ਵੀ ਦੇਸ਼ ਦੇ ਵਿੱਚ, ਸੰਸਾਰ ਦੇ ਵਿੱਚ ਮਹਾਮਾਰੀ ਫੈਲਦੀ ਹੈ ਜਿਵੇਂ ਕਿ ਪਹਿਲਾਂ ਫੈਲੀ ਸੀਗੀ ਕਰੋਨਾ, ਉਹੋ ਜਿਹੀਆਂ ਮਹਾਮਾਰੀਆਂ ਨਾਲ ਲੜਨ ਨੂੰ ਰੋਕਣ ਲਈ, ਰੋਕਥਾਮ ਲਈ ਇਹ ਉਹਨਾਂ ਦੀ ਉਸਾਰੀ ਹੋ ਰਹੀ ਹੈ। ਔਰ ਤੀਜਾ ਕੰਮ ਜਿੰਨੀ ਵੀ ਆ ਵਾਇਰਿੰਗ ਹੈ ਲਾਈਟਿੰਗ ਦੀ, ਇਹਨਾਂ ਨੂੰ ਅੰਡਰਗਰਾਊਂਡ ਕਰ ਰਹੇ ਹੈ ਔਰ ਇਦੋਂ ਬਾਅਦ ਵੀ ਇੱਥੋਂ ਦੇ ਸੰਗਰੂਰ ਦੇ ਲੋਕ ਉਹਨਾਂ ਦੇ ਹੱਥ ਮਜ਼ਬੂਤ ਕਰਕੇ ਉਹਨਾਂ ਨੂੰ ਜਿਤਾ ਕੇ ਵੱਡੇ ਮਾਰਜ ਨਾਲ ਪਾਰਲੀਮੈਂਟ 'ਚ ਭੇਜਣਗੇ, ਤਾਂ ਉਦੋਂ ਬਾਅਦ ਉਹ ਖੇਡਾਂ ਤੇ ਪੜ੍ਹਾਈ ਤੇ ਹਰ ਚੀਜ਼ ਤੇ ਹਰ ਵਰਗ ਤੇ ਉਹ ਹੋਰ ਵੀ ਜ਼ਿਆਦਾ ਕੰਮ ਕਰਨਗੇ। ਇਹ ਉਹਨਾਂ ਦੇ ਕੰਮ ਕਰਨ ਦੇ ਵੇਰਵੇ ਹੈ ਜੀ। ਵਿਕਾਸ ਤੋ ਮੇਰੇ ਕੋ ਨਹੀਂ ਲੱਗਦਾ ਕਹੀਂ ਵਿਕਾਸ ਹੋਇਆ। ਆਪ ਜਗ ਜਾ ਰਹਾ ਹੈ ਯਹਾਂ ਪੇ, ਜੈਸੇ ਮੌਜੂਦਾ ਸਰਕਾਰ ਹੈ ਆਮ ਆਦਮੀ ਪਾਰਟੀ, ਤੋ ਦੇਖਾ ਜੇ ਕਹਾਂ ਵਿਕਾਸ ਹੋਇਆ ਪੂਰੇ ਸ਼ਹਿਰ ਮੇ। ਆਪ ਰਾਊਂਡ ਲਗਾ ਕੇ ਦੇਖੋ, ਆਪਕੇ ਪਾਸ ਤੋ ਗਾੜੀ ਹੈ, ਆਪ ਜਾ ਸਕਤੇ ਹੋ ਕਿ ਕੋਈ ਸੜਕ ਨਹੀਂ ਬਣੀ, ਕਿਤਨਾ ਨਸ਼ਾ ਕਿਤਨਾ ਹੋ ਗਿਆ, ਕਿਤਨਾ ਵਾਈਟ ਡਰੱਗਜ਼ ਲੇਤੇ ਹੈ ਲੋਕ, ਠੀਕ ਹੈ, ਬੇਰੁਜ਼ਗਾਰੀ ਹੋ ਗਈ ਹੈ, ਮਤਲਬ ਲੋਕ ਆਪਣਾ ਦੇਸ਼ ਜਿਸਕੋ ਸੋਨੇ ਕੀ ਚਿੜੀਆ ਬੋਲੀ ਜਾਂਦੀ ਸੀ, ਹੈ ਨਾ, ਸੋਨੇ ਕੀ ਚਿੜੀਆ, ਅੱਜ ਮਿੱਟੀ ਕੀ ਚਿੜੀਆ ਵੀ ਨਹੀਂ ਰਹੀ। ਮਤਲਬ ਇਤਨਾ ਮਤਲਬ ਗੰਦ, ਭਗਵੰਤ ਮਾਨ ਜੀ ਬੋਲਤੇ ਹੈ ਮੁੱਖ ਮੰਤਰੀ ਜੀ ਕਿ ਰੰਗਲਾ ਪੰਜਾਬ, ਮੇਰੇ ਕੋਲ ਤੋਂ ਦਿਖਤਾ ਨਹੀਂ ਕਹੀਂ ਕਹਾਂ ਪਏ ਰੰਗਲਾ ਪੰਜਾਬ ਯਾਰ, ਗੰਦਲਾ ਪੰਜਾਬ ਹੈ ਯਾਰ, ਕਮਾਲ ਹੈ, ਕਹਾਂ ਹੈ ਰੰਗਲਾ ਪੰਜਾਬ ਯਾਰ। ਗੁਰੂ ਗ੍ਰੰਥ ਸਾਹਿਬ ਕੀ ਵੇਦੀਆਂ ਬੇਦਬੀ ਜੋ ਹੋਤੀ ਤੀ, ਬੰਸੀ ਬਾਉ ਇੱਕ ਗਾਉ ਹੈ ਪਟਿਆਲਾ ਮੇ, ਵਹਾਂ ਪੇ ਅਭੀ 2023 ਸਤੰਬਰ ਮੇ 20 ਤਰੀਕ ਕੋ ਅਭੀ ਵੀ ਗੁਰੂ ਗ੍ਰੰਥ ਸਾਹਿਬ ਵੀ ਬੋਲੇ, ਅਭੀ ਕੁਛ ਟਾਈਮ 2-3 ਮਹੀਨੇ ਪਹਿਲੇ ਹੁਸ਼ਿਆਰਪੁਰ ਮੇ ਵੀ ਹੋ ਰਹੀ ਹੈ। ਮਤਲਬ ਧਰਮ ਕੀ ਵੀ ਰਾਜਨੀਤੀ ਹੋ ਰਹੀ ਹੈ, ਕਈ ਧਰਮ ਕੋ ਬਦਨਾਮ ਕੀਆ ਜਾ ਰਿਹਾ ਹੈ, ਮਤਲਬ ਵਿਕਾਸ ਕਾ ਨਾਮ ਕਿਤੋਂ ਕੀ ਚੀਜ਼ ਨਹੀਂ, ਉਲਟਾ ਵਿਕਾਸ ਤੋਂ ਜਨਤਾ ਕਾ ਕੋਈ ਵਿਕਾਸ ਨਹੀਂ ਹੋਇਆ। ਅਭੀ ਆਪ ਤਹਿਸੀਲਦਾਰ ਮੇ ਚਲੇ ਜਾਓ, ਮੈਨੇ ਖੁਦ 25,000 ਰੁਪਇਆ ਦੇ ਕੇ ਆਪਣਾ ਪ੍ਰੋਪਰਟੀ ਕਾ ਰਜਿਸਟਰੀ ਕਰਵਾਇਆ, ਕਾ ਮਤਲਬ ਵਿਕਾਸ ਹੋਇਆ ਹੈ। ਵਿਕਾਸ ਪਤਾ ਕਿਆ ਹੋਇਆ, ਜਿਤਨੇ ਵੀ MLA ਹੈ ਉਹ ਕਮਾਈ ਕਰ ਰਹੇ ਹੈ, ਯਹੀ ਵਿਕਾਸ ਹੈ ਬਸ। ਵੈਸੇ ਜ਼ਮੀਨ ਤੌਰ 'ਤੇ ਆਪ ਕਿਸੇ ਦੇ ਵੀ ਪੁੱਛ ਲਓ ਕੋਈ ਵਿਕਾਸ ਹੋਇਆ, ਇੱਕ ਟਿਊਬ ਤੱਕ ਨਹੀਂ ਲੱਗੀ ਹੈ ਪੂਰੇ ਸ਼ਹਿਰ ਮੇ, ਇਹ ਬੋਰੇ ਵਿਕਾਸ ਹੋਇਆ, ਦਿਖਾ ਦਿਓ। ਬਤਾ ਰਹੇ ਮਾਨ ਸਾਹਿਬ ਕਿ ਉਹਨਾਂ ਨੇ ਮੈਂ ਆ ਰਹਾ ਹੂੰ ਸਰ ਆਪਕੇ ਪਾਸ, ਕਿ ਸਿਮਰਨਜੀਤ ਮਾਨ ਸਾਹਿਬ ਨੇ 7 ਕਰੋੜ ਰੁਪਏ ਖਰਚ ਕੀਏ 1.5 ਸਾਲ। ਹਾਂ ਦਿਖਾਓ, ਉਹਨਾਂ ਕੋ ਪੁੱਛ ਲਓ ਨਾ ਕਹਾਂ ਪੇ ਖਰਚ ਗਏ, ਉਹ ਬਤਾ ਦੇਂਗੇ ਆਪਕੋ, ਹਮਾਰੇ ਕੋ ਦਿਖ ਨਹੀਂ ਰਹੇ। देखिए अब ये कह रहे हैं कि कोई ये है, पहली बात तो ये है जो वो जो मेरे भाई बोल रहे हैं ना, तो वो ये सवाल आम आदमी पार्टी से कर रहे हैं, भगवंत मान से कर रहे हैं, सरदार सिमर सिंह मान यहाँ से MP हैं, ठीक है ना। तो सेंटर से जो उनको फंड मिलता है, पार्लियामेंट से मिलता है, जो उनको जो फंड मिला है उसका सारा वेरवा उन्होंने पार्लियामेंट में भी जमा करवाया, उसको जमा करवाने के ही बावजूद उनको जो है गुड वर्क के बिहार पे 2.5 करोड़ रुपए की और ग्रांट दी गई। लेकिन ये जो बात बोल रहे हैं वो सारे के सारे सवाल आम आदमी पार्टी के लिए हैं, उनका यहाँ कोई नुमाइंदा ही नहीं आया है, तो उसमें हमारा सबको बुलाया हमने, आम आदमी पार्टी, बीजेपी, कांग्रेस, शर्मसार है ना, वो शर्मसार है, आपके चैनल पे आकर यहाँ जवाब नहीं दे सकते होंगे जनता के, पार्टी वालों के, तो ये तो आप उनसे पूछिए ना, वो क्यों नहीं यहाँ पहुंचे। लेकिन हमारे लिए क्या सवाल है भाइयों का, वो हमसे पूछ सकते हैं। एग्जिट पोल 2024
1 जून शाम 6 बजे से लोकसभा चुनाव के नतीजे, 4 जून सुबह 7 बजे से देखिए चुनाव नतीजों से जुड़ी हर खबर सबसे पहले सबसे सटीक केवल अमर उजाला पर, amarujala.com।